ਲੋਕ ਤੱਤਦੇ ਨਹੀਂ ਹੈ ਲੋਕੋ ਸਾਡਾ ਕੀਮਤੀ ਵੋਟ, ਚਲੋ ਵੋਟਾਂ ਪਾਉਣ ਚੱਲੀਏ ਲੈ ਸਤਿਗੁਰ ਦੀ ਓਟ, ਵੋਟਾਂ ਪਾਈਆਂ ਨਾ। ਬਾਰੀ ਬਾਰੀ ਵਰਸੀ ਖੱਟਣ ਗਿਆ ਸੀ, ਬਾਰੀ ਬਾਰੀ ਵਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀਆਂ ਤਾਰਾਂ ਵੋਟਾਂ ਪਾਉਣ ਗਈਆਂ। ਚੋਣਾਂ ਦਾ ਬਿਗੁਲ ਵੱਜ ਚੁੱਕਾ ਹੋਇਆ ਤਾਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਚੋਣ ਕਮਿਸ਼ਨ ਦੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਆ। ਫਿਰੋਜ਼ਪੁਰ ਦੇ ਵਿੱਚ ਚੋਣਾਂ ਅਧਿਕਾਰੀ ਦੇ ਵੱਲੋਂ, ਜਿਨ੍ਹਾਂ ਚੋਣ ਅਫਸਰ ਦੇ ਵੱਲੋਂ ਵੱਖਰੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਨੇ। ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਠੀਕ ਹੈ, ਸਾਡਾ ਕਾਨੂੰਨ ਹੱਕ ਹੈ ਸਾਡੀ ਵੋਟ, ਠੀਕ ਹੈ ਨਾ, ਸਾਰੇ ਆਪੋ ਆਪਣੀਆਂ ਵੋਟਾਂ ਪਾ ਕੇ, ਠੀਕ ਹੈ ਨਾ ਜੀ, ਇੱਕ ਲੋਕਤੰਤਰ ਨੂੰ ਕਾਇਮ ਕਰੋ, ਠੀਕ ਹੈ ਜੀ, ਸਾਡਾ ਇਹ ਕਾਨੂੰਨੀ ਹੱਕ ਹੈ, ਅਸੀਂ ਆਪਣਾ ਹੱਕ ਨਹੀਂ ਗਵਾਉਣਾ, ਆਪਣੀਆਂ ਕੀਮਤੀ ਵੋਟਾਂ ਜ਼ਰੂਰ ਪਾਉਣੀਆਂ, ਇਹ ਮੇਰਾ ਸਾਰਿਆਂ ਨੂੰ ਅਪੀਲ ਹੈ। ਫਿਰੋਜ਼ਪੁਰ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਇਲੈਕਸ਼ਨ ਦੇ ਵਾਸਤੇ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਸ਼੍ਰੀ ਰਾਜੇਸ਼ ਧੀਮਾਨ, ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਅਸੀਂ ਪਹਿਲੀ ਵਾਰ ਟਰਾਂਸਜੈਂਡਰਸ ਜਿਹੜੇ ਹਨ ਉਹਨਾਂ ਨੂੰ ਅਸੀਂ ਆਪਦੀ ਐਕਟੀਵਿਟੀਜ਼, ਸਵੀਪ ਐਕਟੀਵਿਟੀਜ਼ ਦੇ ਵਿੱਚ ਇੰਗੇਜ ਕੀਤਾ। ਸੋ ਉਹਨਾਂ ਨੂੰ ਅਸੀਂ ਇਸ ਵਾਸਤੇ ਆਪਦੀਆਂ ਜਿਹੜੀਆਂ ਇੰਗੇਜਮੈਂਟਸ ਆ ਉਹਨਾਂ ਵਿੱਚ ਸ਼ਾਮਿਲ ਕੀਤਾ ਕਿ ਤੁਸੀਂ ਲੋਕਾਂ ਨੂੰ ਆਉਣ ਵਾਲੀਆਂ ਵੋਟਾਂ 'ਚ ਵੱਧ ਤੋਂ ਵੱਧ ਵੋਟਾਂ ਕਾਸਟ ਕਰਨ ਵਾਸਤੇ ਪ੍ਰੇਰਿਤ ਕਰੋ। ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਵੱਲੋਂ ਸਾਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਸੋ ਮੈਂ ਆਪ ਸਭ ਨੂੰ ਰਿਕੁਐਸਟ ਕਰੂੰਗਾ ਕਿ ਟਰਾਂਸਜੈਂਡਰਸ ਜਦੋਂ ਵੀ ਆਉਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਅਕੋਮੋਡੇਟ ਕੀਤਾ ਜਾਵੇ, ਔਰ ਹੋਪਫੁਲੀ ਇਹਦਾ ਸਾਨੂੰ ਬਹੁਤ ਅੱਛੇ ਨਤੀਜੇ ਔਰ ਬੜੀ ਅੱਛੀ ਜਿਹੜੀ ਵੋਟ ਪ੍ਰਤੀਸ਼ਤ ਕਾਸਟ ਹੋਈ ਉਹ ਸਾਨੂੰ ਆਉਣ ਵਾਲੇ ਦਿਨਾਂ 'ਚ ਮਿਲੇ। ਤਾਂ ਫਿਰੋਜ਼ਪੁਰ ਦੇ ਵਿੱਚ ਟਰਾਂਸਜੈਂਡਰਾਂ ਦੀ ਮਦਦ ਲਿੱਤੀ ਜਾ ਰਹੀ ਹੈਗੀ ਹੈ, ਉਹਨਾਂ ਦੇ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਟਰਾਂਸਜੈਂਡਰਾਂ ਵੱਲੋਂ ਵੱਖਰੀ ਵੱਖਰੀ ਬੋਲੀਆਂ ਤਿਆਰ ਕੀਤੀਆਂ ਗਈਆਂ ਹੈਗੀਆਂ ਨੇ, ਔਰ ਬੋਲੀਆਂ ਦੇ ਜ਼ਰੀਏ ਉਹ ਵੋਟਰਾਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਵੀ ਆ ਰਹੇ ਹੈਗੇ ਆ, ਤਾਂ ਕਿ 1 ਤਰੀਕ ਨੂੰ ਵੋਟਰ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਣ, ਜਿਨ੍ਹਾਂ ਦੀ ਵੋਟ ਬਣੀ ਹੋਈ ਹੈ ਤਾਂ ਉਹ ਵੋਟ ਜ਼ਰੂਰ ਪਾਉਣ, ਜਿਹਦੇ ਕਰਕੇ ਪੋਲਿੰਗ ਜ਼ਿਆਦਾ ਹੋ ਸਕੇ। ਤਾਂ ਇਸੇ ਕਰਕੇ ਵੱਖਰੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਆ ਪ੍ਰਸ਼ਾਸਨ ਦੇ ਵੱਲੋਂ, ਤਾਂ ਇੱਕ ਇਹ ਵੀ ਉਪਰਾਲਾ ਜਿਹੜਾ ਫਿਰੋਜ਼ਪੁਰ ਦੇ ਵਿੱਚ ਚੋਣ ਅਫਸਰਾਂ ਦੇ ਵੱਲੋਂ ਕੀਤਾ ਗਿਆ ਹੈਗਾ। ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।